ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਗਦਾ ਜਾ ਰਿਹਾ ਹੈ। ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਸਾਡੇ ਕੋਲ ਅੱਜ ਵਿਸ਼ੇਸ਼ ਮੁਲਾਕਾਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਨਿਰਮਲ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ। ਅਸੀਂ ਸਭ ਤੋਂ ਪਹਿਲਾਂ ਸਿਆਸਤ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ? ਮੇਰਾ ਸਿਆਸਤ 'ਚ ਆਉਣ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਭਾਵੇਂ ਮੈਂ ਬੜੇ ਲੰਬੇ ਸਮੇਂ ਲਈ ਲਗਭਗ 25 ਸਾਲ ਬਤੌਰ ਸੈਸ਼ਨ ਜੱਜ ਅਤੇ ਹਾਈ ਕੋਰਟ ਦੇ ਜੱਜ ਦੇ ਤੌਰ 'ਤੇ ਸੇਵਾ ਨਿਭਾਈ, ਪਰੰਤੂ ਮੇਰਾ ਪਰਿਵਾਰ ਜਿਹੜਾ ਸੀ ਇਹ ਸਮਾਜ ਸੇਵਾ ਨਾਲ ਜੁੜਿਆ ਸੀ। ਮੇਰੇ ਫਾਦਰ ਇਨ ਲਾ ਸਹੁਰਾ ਸਾਹਿਬ ਸਰਦਾਰ ਧੰਨਾ ਸਿੰਘ ਜੀ ਗੁਲਸ਼ਨ, ਉਹ 4 ਵਾਰ ਮੈਂਬਰ ਲੈਜਿਸਲੇਟਿਵ ਅਸੈਂਬਲੀ ਰਹੇ, ਵਿਧਾਨ ਸਭਾ ਦੇ ਮੈਂਬਰ ਰਹੇ ਅਤੇ 2 ਵਾਰ ਉਹ ਪਾਰਲੀਮੈਂਟ 'ਚ ਗਏ, ਕੇਂਦਰ 'ਚ ਵਜ਼ੀਰ ਰਹੇ। ਮੇਰੀ ਧਰਮਪਤਨੀ ਵੀ 2 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੈ। ਜਦੋਂ ਮੇਰੀ ਰਿਟਾਇਰਮੈਂਟ ਹੋਈ ਅਤੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਭਾਵੇਂ ਮੈਨੂੰ ਸੁਪਰੀਮ ਕੋਰਟ ਵੱਲੋਂ ਇੰਟਰ ਸਟੇਟ ਵਾਟਰ ਡਿਸਪਿਊਟ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਸੀ, ਪਰ ਜਦੋਂ ਵੀ ਮੈਂ ਬਾਦਲ ਸਾਹਿਬ ਨੂੰ ਮਿਲਦਾ ਤਾਂ ਹਰ ਵਾਰ ਇੱਕੋ ਗੱਲ ਕਹਿੰਦੇ ਕਿ ਜੱਜ ਸਾਹਿਬ ਤੁਸੀਂ ਜੁਡੀਸ਼ਰੀ 'ਚ ਬੜੀ ਲੰਬੀ ਸੇਵਾ ਕਰ ਲਈ ਹੈ, ਹੁਣ ਤੁਹਾਡੀ ਲੋੜ ਸਮਾਜ ਸੇਵਾ 'ਚ ਹੈ। ਅਤੇ ਉਹਨਾਂ ਦੀ ਪ੍ਰਸੁਏਸ਼ਨ ਸਦਕਾ ਮੈਂ ਸਮਾਜ ਸੇਵਾ 'ਚ ਆਇਆ, ਅਤੇ ਜਿੱਥੇ ਮੈਂ ਸਮਾਜ ਸੇਵਾ 'ਚ ਆਇਆ ਅਤੇ ਉਹਨਾਂ ਨੇ ਮੈਨੂੰ 2012 ਦੀ ਚੋਣ ਲਈ ਵੀ ਪ੍ਰੇਰਿਤ ਕੀਤਾ ਅਤੇ ਮੈਨੂੰ ਬਸੀ ਪਠਾਣਾ ਹਲਕੇ ਤੋਂ ਉਹਨਾਂ ਨੇ ਚੋਣ ਲੜਾਈ, ਕਿਉਂਕਿ ਮੇਰਾ ਜਿਹੜਾ ਜੱਦੀ ਪਿੰਡ ਹੈ ਪਹਿਲਾਂ ਸ਼ੁਰੂ 'ਚ ਇਹ ਬਸੀ ਪਠਾਣਾ ਸਬ ਡਿਵੀਜ਼ਨ ਦਾ ਹਿੱਸਾ ਸੀ ਅਤੇ ਇਹ ਮੈਨੂੰ ਬਸੀ ਪਠਾਣਾ ਦੇ ਭੈਣ ਭਰਾਵਾਂ ਦਾ ਬੜਾ ਪਿਆਰ ਸਤਿਕਾਰ ਇੱਜ਼ਤ ਅਤੇ ਮਾਣ ਮਿਲਿਆ ਅਤੇ ਉਹਨਾਂ ਨੇ ਮੈਨੂੰ 12,000 ਵੋਟਾਂ ਦੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜਿਆ। ਜਿੱਥੇ ਉਹਨਾਂ ਨੇ ਮੈਨੂੰ ਵਿਧਾਨ ਸਭਾ 'ਚ ਭੇਜਿਆ, ਮੈਂ ਵੀ ਉਹਨਾਂ ਦਾ ਜਿਹੜਾ ਮੇਰੇ ਸਿਰ ਕਰਜ਼ ਸੀ ਇਹਨਾਂ 5 ਸਾਲਾਂ 'ਚ ਥੋੜ੍ਹਾ ਥੋੜ੍ਹਾ ਕਰਕੇ ਉਤਾਰਦਾ ਰਿਹਾ। ਲਗਭਗ 200 ਕਰੋੜ ਰੁਪਈਆ ਮੈਂ ਉਸ ਹਲਕੇ ਦੀ ਡਿਵੈਲਪਮੈਂਟ ਵਾਸਤੇ ਲਾ ਕੇ ਆਇਆ ਅਤੇ ਹੁਣ ਮੈਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਪਾਰਟੀ ਵੱਲੋਂ ਹੁਕਮ ਹੋਇਆ ਅਤੇ ਮੈਂ ਇਸ ਹਲਕੇ ਦੀ ਸੇਵਾ ਲਈ ਆਇਆ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਦਾ ਕਿ ਪਹਿਲਾਂ ਮੈਨੂੰ ਸ਼ਹੀਦਾਂ ਦੀ ਧਰਤੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਦੇ ਸ਼ਹੀਦੀ ਸਥਾਨ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ। ਹੁਣ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਸਿੰਘਾਂ ਦੇ ਸ਼ਹੀਦੀ ਅਸਥਾਨ 'ਤੇ ਜਿਹੜੀ ਹੈ ਉਹ ਸੇਵਾ ਦਾ ਮੌਕਾ ਮਿਲੇ। ਤੁਸੀਂ ਬਹੁਤ ਦੇਰ ਜੁਡੀਸ਼ਰੀ 'ਚ ਰਹੇ ਹੋ, ਜਸਟਿਸ ਵੀ ਰਹੇ ਹੋ, ਲੋਕਾਂ ਨੂੰ ਬੜੇ ਤੁਸੀਂ ਸੇਵਾ ਕੀਤੀ ਹੈ, ਅਤੇ ਰਾਜਨੀਤੀ 'ਚ ਤੁਸੀਂ ਕਿਸ ਉਦੇਸ਼ ਨਾਲ ਆਏ? ਮੇਰਾ ਜਦੋਂ ਮੈਂ ਮਨ ਬਣਾਇਆ ਮੇਰਾ ਇੱਕੋ ਇੱਕ ਉਦੇਸ਼ ਸੀ ਕਿ ਸਮਾਜ ਦੀ ਸੇਵਾ ਕਰਨੀ, ਭੈਣ ਭਰਾਵਾਂ ਦੀ ਸੇਵਾ ਕਰਨੀ। ਅਤੇ ਜਦੋਂ ਮੈਨੂੰ ਵਿਧਾਨ ਸਭਾ 'ਚ ਭੇਜਿਆ ਗਿਆ ਤਾਂ ਉਦੋਂ ਮੇਰੇ ਮਨ 'ਚ ਇੱਕੋ ਇੱਕ ਮੇਰੀ ਆਸ਼ਾ, ਮਨ ਦੀ ਤਮੰਨਾ ਸੀ ਕਿ ਮੈਂ ਆਪਣੇ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਵਾਂ। ਪਰਮਾਤਮਾ ਦੀ ਮਿਹਰ ਰਹੀ ਅਤੇ ਬਾਦਲ ਸਾਹਿਬ ਦਾ ਆਸ਼ੀਰਵਾਦ ਵੀ ਰਿਹਾ ਕਿ ਬਸੀ ਪਠਾਣਾ ਜਿਹੜੇ ਭੈਣ ਭਰਾ ਪਹਿਲਾਂ ਬਸੀ ਪਠਾਣਾ ਨੂੰ ਦੇਖਦੇ ਸੀ, ਅੱਜ ਬਸੀ ਪਠਾਣਾ ਦੇਖਦੇ ਹੈ, ਉਹਨੂੰ ਟੋਟਲ ਬਦਲਿਆ ਹੋਇਆ ਮਾਡਰਨ ਬਸੀ ਪਠਾਣਾ ਨੂੰ ਦੇਖਿਆ ਜਾਂਦਾ ਹੈ। ਕਿਉਂਕਿ ਬਸੀ ਬਾਰੇ ਇੱਕ ਕਹਾਵਤ ਵੀ ਹੈ ਕਿ ਬਸੀ ਆਪ ਨਹੀਂ ਬਸੀ ਅਤੇ ਇਹ ਦੂਸਰੇ ਸ਼ਹਿਰਾਂ ਨੂੰ ਵਸਾਉਂਦੀ ਰਹੀ ਹੈ, ਪਰੰਤੂ ਇਹਨਾਂ ਸਾਲਾਂ 'ਚ ਇਹ ਉਲਟ ਹੋਇਆ ਹੈ ਕਿ ਹੁਣ ਲੋਕ ਬਸੀ 'ਚ ਵਸਣ ਲੱਗ ਗਏ। ਜੇ ਤੁਸੀਂ ਸਫਲ ਹੁੰਦੇ ਹੋ ਇੱਥੋਂ ਤਾਂ ਭਲਾਈ ਦੇ ਕਿਹੜੇ ਕਿਹੜੇ ਕੰਮ ਤੁਸੀਂ ਕਰਵਾਉਣਾ ਚਾਹੁੰਦੇ? ਦੇਖੋ, ਜਦੋਂ ਮੈਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਨੋਮੀਨੇਟ ਕਰਿਆ ਗਿਆ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸਭ ਤੋਂ ਪਹਿਲਾਂ ਤਾਂ ਮੈਂ ਇਸ ਹਲਕੇ ਦੀਆਂ ਸਮੱਸਿਆਵਾਂ
ਜਾਣਨ ਦੀ ਕੋਸ਼ਿਸ਼ ਕਰੀ ਹੈ। ਸਭ ਤੋਂ ਵੱਡੀ ਸਮੱਸਿਆ ਇਸ ਹਲਕੇ 'ਚ ਇੱਕ ਤਾਂ ਲਿੰਕ ਰੋਡਾਂ ਦੀ ਸੀ, ਦੂਸਰੀ ਸਮੱਸਿਆ ਜਿਹੜੀ ਸ਼੍ਰੀ ਚਮਕੌਰ ਸਾਹਿਬ ਤੋਂ ਮਰਿੰਡਾ ਸੜਕ ਹੈ ਉਹਦੀ ਹੈ, ਅਤੇ ਨਾਲ ਹੀ ਇਸ ਹਲਕੇ 'ਚ ਕੋਈ ਵੀ ਇਹੋ ਜਿਹੀ ਇੰਡਸਟਰੀ ਨਹੀਂ ਜਿੱਥੇ ਨੌਜਵਾਨਾਂ ਨੂੰ ਅਸੀਂ ਐਡਜਸਟ ਕਰ ਸਕੀਏ, ਉਹਨਾਂ ਨੂੰ ਕੋਈ ਸਰਵਿਸ ਦੇ ਸਕੀਏ। ਬਸੀ ਪਠਾਣਾ 'ਚ ਮੈਂ ਕੋਸ਼ਿਸ਼ ਕਰੀ ਅਤੇ ਬਸੀ ਪਠਾਣਾ 'ਚ ਇੱਕ ਪਲਾਂਟ ਜਿਹੜਾ ਹੈ ਮਿਲਕ ਪਲਾਂਟ ਜੋ ਸਰਕਾਰੀ ਅਦਾਰੇ 'ਚ ਵੇਰਕਾ ਦੇ ਅੰਡਰ ਅਸੀਂ ਸੈਂਕਸ਼ਨ ਲੈ ਲਈ ਸੀ, 300 ਕਰੋੜ ਰੁਪਈਏ ਦਾ ਉਹ ਪ੍ਰੋਜੈਕਟ ਹੈ। ਅਤੇ ਇਸੇ ਤਰ੍ਹਾਂ ਹੀ ਮੇਰੀ ਇਹ ਦਿਲੀ ਇੱਛਾ ਹੈ ਕਿ ਚਮਕੌਰ ਸਾਹਿਬ ਵਿੱਚ ਵੀ ਇਸ ਹਲਕੇ 'ਚ ਵੀ ਐਗਰੋ ਵੇਸਟ ਜਿਹੜੀ ਹੈ ਉਹ ਇੰਡਸਟਰੀ ਲਿਆਂਦੀ ਜਾਏ। ਅਤੇ ਮੇਰੀ ਇੱਕ ਜਿਹੜੀ ਮੇਰੀ ਆਪਣੀ ਹੈ ਕਿ ਚਮਕੌਰ ਸਾਹਿਬ ਦੀ ਤਰੱਕੀ ਵਾਸਤੇ ਇੱਕ ਤਾਂ ਜਿਹੜੀ ਸਾਡੀ ਰੋਡ ਹੈ ਬੇਲਾ ਟੂ ਮਰਿੰਡਾ, ਮਰਿੰਡੇ ਤੋਂ ਅਸੀਂ ਚੁੰਨੀ ਕਲਾਂ ਤੱਕ ਜਿਹੜੀ ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਹੈ ਉਸ ਸੜਕ ਨੂੰ ਅਸੀਂ 33 ਫੁੱਟ ਕਰਨ ਦੀ ਸੈਂਕਸ਼ਨ ਲੈ ਲਈ ਸੀ, ਉਹਦੇ 40 ਕਰੋੜ 52 ਲੱਖ ਰੁਪਈਆ ਸੈਂਕਸ਼ਨ ਹੋਇਆ। ਅਤੇ 6 ਦਸੰਬਰ ਨੂੰ ਜਦੋਂ ਮੇਰੀ ਨੋਮੀਨੇਸ਼ਨ ਸ਼੍ਰੀ ਚਮਕੌਰ ਸਾਹਿਬ ਦੀ ਹੋ ਗਈ ਸੀ, ਅਸੀਂ ਬਾਦਲ ਸਾਹਿਬ ਕੋਲੋਂ ਉਹਦਾ ਨੀਂਹ ਪੱਥਰ ਵੀ ਰਖਵਾ ਲਿਆ, ਉਸ ਸੜਕ ਨੂੰ ਐਕਸਟੈਂਡ ਕਰਕੇ ਬੇਲੇ ਤੱਕ ਲਿਆਉਣ ਦੀ ਮੇਰੀ ਕੋਸ਼ਿਸ਼ ਹੈ। ਦੂਸਰਾ ਮੈਂ ਸਟੱਡੀ ਕਰ ਰਿਹਾ ਕਿ ਕਿਸੇ ਤਰ੍ਹਾਂ ਬੇਲੇ ਤੋਂ ਦਰਿਆ 'ਤੇ ਜੇ ਪੁਲ ਲੱਗ ਜਾਏ ਤਾਂ ਅਸੀਂ ਡਾਇਰੈਕਟਲੀ ਨਵਾਂ ਸ਼ਹਿਰ ਤੱਕ ਬਹੁਤ ਘੱਟ ਸਮੇਂ 'ਚ ਸਮੇਂ ਦੀ ਬੱਚਤ ਹੋਊਗੀ। ਮੇਰੇ ਹਿਸਾਬ 'ਚ ਇੱਕੋ ਇੱਕ ਕਾਰਨ ਹੈ ਜਿਸ ਕਰਕੇ ਚਮਕੌਰ ਸਾਹਿਬ ਦੀ ਡਿਵੈਲਪਮੈਂਟ ਹੋ ਸਕਦੀ ਹੈ, ਉਹ ਹੈ ਜੇ ਅਸੀਂ ਇਸ ਦਰਿਆ 'ਤੇ ਪੁਲ ਲਾਉਣ 'ਚ ਸਫਲ ਹੋ ਜਾਂਦੇ ਹਾਂ। ਵਿਧਾਨ ਸਭਾ 'ਚ ਤੁਹਾਡਾ ਰੋਲ ਕਿਸ ਤਰ੍ਹਾਂ ਦਾ ਰਹੇਗਾ? ਮੈਂ ਜਿਸ ਤਰ੍ਹਾਂ ਦਾ ਰੋਲ ਮੈਂ ਪਿਛਲੇ 5 ਸਾਲਾਂ 'ਚੋਂ ਕਰਿਆ ਹੈ ਨਿਭਾਇਆ ਹੈ ਉਸੇ ਤਰ੍ਹਾਂ ਦਾ ਮੈਂ ਰੋਲ ਹੁਣ ਵੀ ਨਿਭਾਵਾਂਗਾ। ਭਾਵੇਂ ਮੈਂ ਵਿਰੋਧੀ ਧਿਰ 'ਚ ਦੀ ਭੂਮਿਕਾ ਹੁੰਦੀ ਹੈ, ਮੈਂ ਅਸੈਂਬਲੀ 'ਚ ਸਭ ਤੋਂ ਜ਼ਿਆਦਾ ਕੁਐਸਚਨ ਆਪਣੇ ਹਲਕੇ ਸੰਬੰਧੀ ਪੰਜਾਬ ਸੰਬੰਧੀ ਆਪਣੀ ਸਰਕਾਰ ਕੋਲੋਂ ਪੁੱਛੇ, ਅਤੇ ਕਈ ਸਵਾਲ ਇਹੋ ਜਿਹੇ ਵੀ ਰਹੇ ਜਿਨ੍ਹਾਂ ਦਾ ਸੰਬੰਧ ਆਮ ਪਬਲਿਕ ਨਾਲ ਸੀ। ਤੁਸੀਂ ਪੜ੍ਹਿਆ ਹੋਊਗਾ ਅਤੇ ਸੁਣਿਆ ਵੀ ਹੋਊਗਾ ਕਿ ਮੈਂ ਇੱਕ ਇਸ਼ੂ ਰੇਜ਼ ਕਰਿਆ ਸੀ ਸਵਾਲ ਦੇ ਟੈਪ 'ਚ ਕਿ ਜਿਹੜੇ ਦਲਿਤ ਵਰਗ ਦੇ ਬੱਚੇ ਹੈ ITI ਪੋਲੀਟੈਕਨਿਕ ਯੂਨੀਵਰਸਿਟੀਆਂ 'ਚ ਪੜ੍ਹਦੇ ਹੈ, ਉਹਨਾਂ 'ਚ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਹੈ ਬੜਾ ਵੱਡਾ ਘਪਲਾ ਕਰਦੀਆਂ, ਉਹਦੇ 'ਤੇ ਮੇਰੇ ਜਵਾਬ 'ਚ ਸਰਕਾਰ ਵੱਲੋਂ ਇਨਕੁਆਇਰੀ ਵੀ ਬਿਠਾਈ ਗਈ। ਅਤੇ ਇਸੇ ਤਰ੍ਹਾਂ ਹੀ ਜਿੱਥੇ ਇਨਕੁਆਇਰੀ ਬਿਠਾਈ ਗਈ ਅਤੇ ਨਾਲ ਹੀ ਹੁਣ ਤੱਕ 100 ਕਰੋੜ ਰੁਪਈਏ ਦਾ ਜਿਹੜਾ ਪ੍ਰਾਈਵੇਟ ਸੰਸਥਾਵਾਂ ਨੇ ਘਪਲਾ ਕਰਿਆ ਸੀ ਉਹ ਫੜਿਆ ਜਾ ਚੁੱਕਿਆ ਹੈ। ਅਤੇ ਨਾਲ ਹੀ ਮੈਂ ਵਿਧਾਨ ਸਭਾ 'ਚ ਜਿਹੜੇ ਗਰੀਬ ਵਰਗ ਦੇ ਲੋਕ ਹੈ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਹੈ ਅਤੇ ਉਹਨਾਂ ਬਾਰੇ ਵੀ ਇੱਕ ਮੁੱਦਾ ਚੁੱਕਿਆ ਸੀ, ਉਹ ਸੀ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਦਾ, ਜਿਹੜੇ ਲੋਕਾਂ ਨੇ ਲੋਨ ਲਿਆ ਸੀ ਉਹ ਆਪਣਾ ਜ਼ਿੰਦਗੀ ਭਰ 'ਤੇ ਲੋਨ ਤਾਰਦੇ ਰਹੇ, ਪਰੰਤੂ ਜਦੋਂ ਉਹਨਾਂ ਦੀ ਡੈਥ ਹੋ ਗਈ ਇਸ ਸੰਸਾਰ 'ਚ ਨਹੀਂ ਰਹੇ ਤਾਂ ਉਹਨਾਂ ਦੇ ਲੋਨ ਉਹਨਾਂ ਦੇ ਵਾਰਸਾਂ ਕੋਲੋਂ ਰਿਕਵਰ ਕਰੇ ਜਾ ਰਹੇ ਸੀ। ਭਾਵੇਂ ਇਹ ਕਰਜ਼ਾ ਉਹਨਾਂ ਭੈਣ ਭਰਾਵਾਂ ਨੇ ਬਹੁਤ ਥੋੜ੍ਹਾ ਥੋੜ੍ਹਾ ਲਿਆ ਸੀ, ਕਿਸੇ ਨੇ 50,000 ਲਿਆ ਸੀ, ਕਿਸੇ ਨੇ 1 ਲੱਖ ਦਾ ਸੀ, ਪਰ ਉਹ ਸਾਰਾ ਕਰਜ਼ਾ ਇਕੱਠਾ ਹੋ ਕੇ 12 ਕਰੋੜ ਰੁਪਈਏ ਦਾ ਹੋ ਗਿਆ ਸੀ। ਅਤੇ ਮੈਂ ਇਹ ਮੁੱਦਾ 3-4 ਵਾਰ ਜਿਹੜਾ ਹੈ ਇਹ ਵਿਧਾਨ ਸਭਾ 'ਚ ਵੀ ਉਠਾਇਆ ਅਤੇ ਬਾਦਲ ਸਾਹਿਬ ਕੋਲ ਪਰਸਨਲੀ ਵੀ ਇਹ ਮੁੱਦਾ ਉਠਾਇਆ ਅਤੇ ਬਾਦਲ ਸਾਹਿਬ ਨੇ ਇਹ ਵਿਧਾਨ ਸਭਾ 'ਚ ਜਿਹੜਾ ਹੈ ਇਸ ਗੱਲ ਦਾ ਐਲਾਨ ਕਰਿਆ। ਅਤੇ ਇਹ ਮੇਰੇ ਜਿਹੜਾ ਸਵਾਲ ਸੀ ਉਸ ਸਵਾਲ ਦੇ ਜਵਾਬ 'ਚ ਬਾਦਲ ਸਾਹਿਬ ਨੇ ਕਿਹਾ ਸੀ ਕਿ ਮੈਂ ਅੱਜ ਹੀ ਜਿਹੜੀ ਹੈ 12 ਕਰੋੜ ਰੁਪਈਆ ਜਿਹੜਾ ਇਹਨਾਂ ਲੋਕਾਂ ਦਾ ਗਰੀਬ ਲੋਕਾਂ ਦਾ ਇਹ ਮਾਫ਼ ਕਰਕੇ ਆਇਆ। ਅੱਛਾ, ਪੰਜਾਬ ਵਿੱਚ ਇਸ ਟਾਈਮ
ਕਿਹੜੀਆਂ ਵੱਡੀਆਂ ਚਾਰ ਪੰਜ ਸਮੱਸਿਆਵਾਂ ਨੇ ਅਤੇ ਉਹਨਾਂ ਦਾ ਕੀ ਹੱਲ ਹੋ ਸਕਦਾ ਤੁਹਾਡੀ ਨਜ਼ਰ? ਦੇਖੋ, ਪੰਜਾਬ 'ਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਐਗਰੀਕਲਚਰ ਨਾਲ ਸੰਬੰਧਿਤ ਹੈ। ਇੱਕ ਤਾਂ ਜਿੱਥੇ ਸਾਡਾ ਐਗਰੀਕਲਚਰਲ ਵੇਸਟ ਸਟੇਟ ਹੈ, ਅਸੀਂ ਲੌਕਡ ਹੈ ਇੱਕ ਕਿਸਮ ਦੇ, ਨਾ ਤਾਂ ਸਾਡੇ ਕੋਲ ਸਮੁੰਦਰ ਹੈ ਅਤੇ ਨਾ ਹੀ ਸਾਡੇ ਕੋਲ ਕੋਈ ਖਣਿਜ ਪਦਾਰਥ ਹੈ। ਅਸੀਂ ਸਿਰਫ ਅਤੇ ਸਿਰਫ ਐਗਰੀਕਲਚਰ 'ਤੇ ਡਿਪੈਂਡੈਂਟ ਹੈ। ਜਦੋਂ ਅਸੀਂ ਐਗਰੀਕਲਚਰ 'ਤੇ ਡਿਪੈਂਡੈਂਟ ਹੈ, ਸਾਡੀ ਖੇਤੀਬਾੜੀ ਲਈ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈ ਪਾਣੀ। ਸਾਡੇ ਨਾਲ ਜਿਹੜਾ ਪਾਣੀ ਆ, ਪਾਣੀਆਂ ਬਾਰੇ ਤੱਕਾ ਹੋਇਆ, ਇਹ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ। ਮੈਂ ਬਤੌਰ ਇੰਟਰ ਸਟੇਟ ਵਾਟਰ ਡਿਸਪਿਊਟ ਦੇ ਮੈਂਬਰ ਹੋਣ ਦੇ ਨਾਤੇ, ਮੈਂ ਪਾਣੀਆਂ ਨੂੰ, ਪੰਜਾਬ ਦੇ ਪਾਣੀਆਂ ਨੂੰ ਖਾਸ ਤੌਰ 'ਤੇ ਸਟੱਡੀ ਕਰਨ ਦੀ ਕੋਸ਼ਿਸ਼ ਕਰੀ। 1955 'ਚ ਇੱਕ ਮੀਟਿੰਗ ਸ਼੍ਰੀ ਗੁਲਜ਼ਾਰੀ ਲਾਲ ਜੀ ਨੰਦਾ, ਜਿਹੜੇ ਉਸ ਸਮੇਂ ਇਰੀਗੇਸ਼ਨ ਮਿਨਿਸਟਰ ਸੀ, ਸਿੰਜਾਈ ਮੰਤਰੀ ਸੀ, ਉਹਨਾਂ ਦੀ ਪ੍ਰਧਾਨਗੀ 'ਚ ਹੋਈ ਅਤੇ ਉਸ ਮੀਟਿੰਗ 'ਚ 8 MAF ਪਾਣੀ ਜਿਹੜਾ ਹੈ ਉਹ ਰਾਜਸਥਾਨ ਨੂੰ ਬਿਨਾਂ ਵਜ੍ਹਾ ਦਿੱਤਿਆ ਗਿਆ। ਨਾ ਤਾਂ ਰਾਜਸਥਾਨ ਜਿਹੜੀ ਹੈ ਉਹ ਰਿਪੇਰੀਅਨ ਸਟੇਟ ਸੀ ਅਤੇ ਨਾ ਸਾਡਾ ਕਦੇ ਵੀ ਕਿਸੇ ਟਾਈਮ ਇਹ ਪਾਰਟ ਰਿਹਾ ਸੀ। ਇਸ ਕਰਕੇ ਜੇ ਉਹ 8 MAF ਪਾਣੀ ਰਾਜਸਥਾਨ ਨੂੰ ਨਾ ਜਾਂਦਾ ਤਾਂ ਪੰਜਾਬ ਅੱਜ ਖੁਸ਼ਹਾਲ ਹੀ ਨਹੀਂ ਹੁੰਦਾ, ਖੁਸ਼ਹਾਲ ਹੀ ਨਹੀਂ ਸੀ। ਪਰੰਤੂ ਅਸੀਂ ਜਿਹੜਾ ਪੰਜਾਬ ਹੈ ਅਤੇ ਬਾਹਰ ਦੀਆਂ ਸਟੇਟਾਂ, ਭਾਵੇਂ ਕੈਨੇਡਾ ਦੀ ਲਾ ਲਓ, ਅਮਰੀਕਾ ਦੀ ਲਾ ਲਓ, ਉਹਦੇ ਨਾਲੋਂ ਵੀ ਅੱਗੇ ਹੁੰਦਾ। ਇਹ ਮੁੱਦਾ ਮੈਂ ਬੜੀ ਡਿਟੇਲ 'ਚ ਵਿਧਾਨ ਸਭਾ 'ਚ ਵੀ ਉਠਾਇਆ ਸੀ, ਕਿਉਂਕਿ ਬੀਫੋਰ ਪਾਰਟੀਸ਼ਨ, ਆਜ਼ਾਦੀ ਤੋਂ ਪਹਿਲਾਂ, ਅਸੀਂ ਰਾਜਸਥਾਨ ਕੋਲੋਂ ਜਿਹੜੀ ਪਾਣੀ ਦੀ ਕੀਮਤ ਵਸੂਲਦੇ ਸੀ, ਪਰੰਤੂ ਆਜ਼ਾਦੀ ਤੋਂ ਬਾਅਦ ਅਸੀਂ ਰਾਜਸਥਾਨ ਤੋਂ ਜਿਹੜੀ ਕੀਮਤ ਹੈ ਉਹ ਨਹੀਂ ਲੈ ਰਹੇ। ਜਿੱਥੋਂ ਤੱਕ ਕੀਮਤ ਅਸੈਸ ਕਰਨ ਦਾ ਸੰਬੰਧ ਹੈ, ਮੈਂ ਪਿਛਲੇ ਤੋਂ ਲਾਸਟ ਈਅਰ ਟੂ ਲਾਸਟ ਈਅਰ ਇਹ ਅਸੈਸ ਕਰੀ ਸੀ, ਸਾਡਾ ਰਾਜਸਥਾਨ ਕਿੰਨੀ ਉਸੀ ਰੇਟ ਨਾਲ, ਜਿਸ ਰੇਟ 'ਤੇ ਉਦੋਂ ਅੰਗਰੇਜ਼ਾਂ ਨੇ ਪੇਮੈਂਟ ਕਰੀ ਹੋਈ ਹੈ ਪੰਜਾਬ ਨੂੰ, ਉਸੀ ਰੇਟ 'ਤੇ ਪਾਣੀ ਦਾ ਕੀ ਮੁੱਲ ਲਈਏ ਤਾਂ ਸਾਡਾ ਮੈਂਟੇਨੈਂਸ ਦਾ ਅਤੇ ਅਦਰ ਚਾਰਜਸ ਰਾਜਸਥਾਨ ਵੱਲ 80,000 ਕਰੋੜ ਰੁਪਈਆ ਬਣਦਾ ਹੈ। 80,000 ਕਰੋੜ ਰੁਪਈਆ ਜੇ ਸਾਡੀ ਸਟੇਟ ਨੂੰ ਮਿਲ ਜਾਏ, ਇਹ 2-3 ਸਟੇਟਾਂ ਦੇ ਬਜਟ ਤੋਂ ਵੀ ਜ਼ਿਆਦਾ ਹੈ। ਜੇ ਦੇਖੋ, ਜਿਹੜੀ ਮੀਟਿੰਗ ਮੈਂ ਪਹਿਲਾਂ ਕਹੀ ਹੈ ਕਿ 29-1955 ਨੂੰ ਹੋਈ ਸੀ, ਉਹਦੇ 'ਚ ਇੱਕ ਮੱਧ ਪਾਈ ਹੋਈ ਹੈ 5 ਕਲਾਸ 5, ਉਹਦੇ 'ਚ ਸਾਡੇ ਜਿਹੜੇ ਇਰੀਗੇਸ਼ਨ ਮਿਨਿਸਟਰ ਸੀ ਉਹਨਾਂ ਨੇ ਵੀ ਉਦੋਂ ਇਹ ਮੁੱਦਾ ਉਠਾਇਆ ਕਿ ਪਾਣੀ ਤਾਂ ਤੁਸੀਂ ਜ਼ਬਰਦਸਤੀ ਲੈ ਰਹੇ ਹੈ ਪਰ ਸਾਨੂੰ ਇਹਦਾ ਮੁੱਲ ਤਾਂ ਦਿਓ। ਉਸ ਕਲਾਸ 'ਚ ਲਿਖਿਆ ਹੈ ਕਿ ਅੱਜ ਦੀ ਮੀਟਿੰਗ ਸਿਰਫ ਅਤੇ ਸਿਰਫ ਪਾਣੀ ਵੰਡਣ ਵਾਸਤੇ ਹੈ ਅਤੇ ਇਸ ਦੀ ਵਿਦ ਰਿਗਾਰਡ ਟੂ ਮੈਂਟੇਨੈਂਸ ਕੋਸਟ ਜਿਹੜੀ ਹੈ ਉਹ ਬਾਅਦ 'ਚ ਡਿਸਾਈਡ ਕਰੀ ਜਾਊਗੀ। 29-1-1955 ਤੋਂ ਅੱਜ ਤੱਕ ਇੱਕ ਵੀ ਮੀਟਿੰਗ ਇਸ ਮੁੱਦੇ 'ਤੇ ਨਹੀਂ ਹੋਈ। ਜੇ ਸਾਨੂੰ ਰਾਜਸਥਾਨ ਵਾਲਾ ਪਾਣੀ ਸਾਡੇ ਕੋਲ ਹੋਏ ਤਾਂ ਅੱਜ ਜਿਹੜੀ ਅਸੀਂ 16 ਲੱਖ ਟਿਊਬਵੈੱਲ ਲਾਏ ਹੈ, ਸਾਨੂੰ ਇਹ ਟਿਊਬਵੈੱਲ ਲਾਉਣ ਦੀ ਲੋੜ ਨਹੀਂ ਪਈ। ਜਿਹੜੀ ਅਸੀਂ ਅੱਜ ਸਬਸਿਡੀ ਦੇ ਰਹੇ ਹਾਂ ਕਿਸਾਨਾਂ ਨੂੰ, ਇਹ ਜਿਹੜੀ ਕਿਸਾਨਾਂ ਨੂੰ ਬਿਜਲੀ ਫਰੀ ਦੇ ਰਹੇ ਹਾਂ ਉਹਦੀ ਲੋੜ ਨਾ ਪਏ। ਜਿਹੜੀ ਬਿਜਲੀ ਅਸੀਂ ਉੱਥੇ ਕੰਜ਼ਿਊਮ ਕਰ ਰਹੇ ਹਾਂ ਉਹ ਅਸੀਂ ਇੰਡਸਟਰੀ 'ਤੇ ਯੂਜ਼ ਕਰ ਸਕਦੇ ਹਾਂ। ਜੇ ਉਹੀ ਬਿਜਲੀ ਅਸੀਂ ਇੰਡਸਟਰੀ ਨੂੰ ਦਈਏ ਤਾਂ ਅਸੀਂ ਅਸੈਸ ਕਰਦੇ ਹਾਂ ਕਿ ਅਸੀਂ ਹਾਫ ਰੇਟ 'ਤੇ ਜਿਹੜੀ ਬਿਜਲੀ ਹੈ ਉਹ ਇੰਡਸਟਰੀ ਨੂੰ ਦੇ ਸਕਦੇ ਹਾਂ ਅਤੇ ਜਿਹੜੀ ਅਸੀਂ ਕੰਜਮਸ਼ਨ ਕਰਦੇ ਹਾਂ ਰੈਜੀਡੈਂਸ਼ਲ ਬਿਨਾਂ ਪੱਖਪਾਤ ਤੋਂ ਕਿ ਜੀ ਇਹ ਜਰਨਲ ਕੈਟੇਗਰੀ ਦਾ ਹੈ, ਬੈਕਵਰਡ ਕਲਾਸ, ਅਸੀਂ ਸਾਰਿਆਂ ਨੂੰ ਬਿਜਲੀ ਫਰੀ ਦੇ ਸਕਦੇ ਹਾਂ। ਜਿੱਥੇ ਸਾਡੀ ਇੰਡਸਟਰੀ ਲੱਗੂਗੀ ਅਤੇ ਸਾਨੂੰ ਰੈਵਨਿਊ ਵੀ ਅਸੀਂ ਜਨਰੇਟ ਕਰੂੰਗੇ। ਅਨਇੰਪਲਾਇਮੈਂਟ ਜਿਹੜੀ ਸਾਡੇ ਕੋਲ ਹੋਈ ਹੈ, ਸਾਡਾ ਕੋਈ ਬੱਚਾ ਅਨਇੰਪਲਾਇਡ ਨਹੀਂ ਰਹਿ ਸਕਦਾ। ਸਿਰਫ ਅਤੇ ਸਿਰਫ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਹੈ
ਕਿ ਜਾਂ ਤਾਂ ਸਾਨੂੰ ਰਾਜਸਥਾਨ ਜਿਹੜਾ ਹੈ ਸਾਡਾ ਪਾਣੀ ਦਾ ਮੁੱਲ ਦੇ। ਮੈਂ ਤੁਹਾਨੂੰ ਦੱਸਦਾ, ਮੈਂ ਇਹ ਵੀ ਇਸ਼ੂ ਰੇਜ਼ ਕਰਿਆ ਸੀ ਕਿ ਜਿਸ ਤਰ੍ਹਾਂ ਆਪਣੀ ਭਾਖੜਾ ਮੇਨ ਲਾਈਨ ਦਾ ਪਾਣੀ 85% ਪਾਣੀ ਹਰਿਆਣੇ ਨੂੰ ਜਾਂਦਾ ਹੈ, ਇਹ ਜਿਹੜੀ ਨਹਿਰ ਹੈ ਇਹਦੀ ਲਾਈਫ ਜਿਹੜੀ ਹੈ ਇਹ ਖਤਮ ਹੋ ਚੁੱਕੀ ਹੈ। ਇਹ 1952 'ਚ ਨਹਿਰ ਬਣੀ ਸੀ, 50 ਸਾਲ ਇਹਦੀ ਮਿਆਦ ਸੀ। ਮੈਨੂੰ ਇਸ ਹਲਕੇ 'ਚ ਆਉਣ ਤੋਂ ਬਾਅਦ ਸਾਡਾ ਇੱਕ ਪੁਲ ਪਥਰੇੜੀਆਂ ਜੱਟਾਂ ਦੇ ਕੋਲ ਇਹ ਡੈਮੇਜ ਹੋ ਗਿਆ ਅਤੇ ਸਾਡੇ ਭੈਣ ਭਰਾਵਾਂ ਨੂੰ ਇਹਦੀ ਬਹੁਤ ਮੁਸ਼ਕਲ ਨਾਲ ਹੋਰ ਪੁਲ ਤੋਂ ਆਉਣਾ ਅੱਜ ਪੈ ਰਿਹਾ ਹੈ। ਪਰੰਤੂ ਪਾਣੀ ਰਾਜਸਥਾਨ ਲੈ ਰਿਹਾ ਹੈ, ਰਾਜਸਥਾਨ ਅਤੇ ਹਰਿਆਣਾ ਲੈਂਦਾ ਹੈ, ਅਤੇ ਡਿਫੀਕਲਟੀ ਜਿਹੜੀ ਸਮੱਸਿਆਵਾਂ ਦਾ ਹੱਲ ਹੈ ਉਹ ਅਸੀਂ ਝੱਲ ਰਹੇ ਹਾਂ। ਅਤੇ ਇਸ ਦਾ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈ ਉਹ ਸਾਡਾ ਸਹੀ ਮਹੀਨਿਆਂ 'ਚ ਜੇ ਸਾਡਾ ਪਾਣੀ ਪੰਜਾਬ ਨੂੰ ਸਾਡਾ ਪਾਣੀ ਹੀ ਸਾਨੂੰ ਦਿੱਤਿਆ ਜਾਏ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਅਸੀਂ ਇਸ ਪਾਣੀ 'ਚੋਂ ਕੱਢ ਸਕਦੇ। ਅੱਛਾ, ਰਾਜ ਨੂੰ ਇਸ ਸਮੇਂ ਕਿਸ ਤਰ੍ਹਾਂ ਦੀ ਸਰਕਾਰ ਦੀ ਲੋੜ? ਦੇਖੋ, ਪੰਜਾਬ 'ਚ ਜਿਹੜੀ ਸਾਡੀ ਸਰਕਾਰ ਪਿਛਲੇ 10 ਸਾਲਾਂ ਤੋਂ ਚੱਲ ਰਹੀ ਹੈ, ਇਸ ਸਰਕਾਰ ਦੀ ਸਭ ਤੋਂ ਵੱਡੀ ਸਫਲਤਾ ਹੈ ਕਿ ਇੱਥੇ ਜਿਹੜੀ ਭਾਈਚਾਰਕ ਸਾਂਝ ਬਣੀ ਹੋਈ ਹੈ ਉਹ ਕਿਸੇ ਹੋਰ ਸਟੇਟ 'ਚ ਨਹੀਂ। ਅੱਛਾ, ਸਾਡੇ ਪਾਠਕਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਜਿੰਨੇ ਵੀ ਪਾਠਕ ਹੈ ਸੁਣਨ ਵਾਲੇ ਹੈ ਉਹਨਾਂ ਸਾਰਿਆਂ ਨੂੰ ਇੱਕੋ ਬੇਨਤੀ ਕਰਾਂਗਾ ਕਿ ਇਸ ਸਮੇਂ 3 ਪਾਰਟੀ, ਭਾਵੇਂ ਪਾਰਟੀਆਂ ਤਾਂ ਬਹੁਤ ਸਾਰੀਆਂ ਚੋਣ ਲੜ ਰਹੀਆਂ, ਪਰੰਤੂ 3 ਪਾਰਟੀਆਂ ਮੁੱਖ ਹੈ, ਕਾਂਗਰਸ ਹੈ ਅਤੇ ਆਮ ਆਦਮੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਸਾਰੇ ਭੈਣ ਭਰਾ ਉਹਨਾਂ ਦੇ ਕਿਰਦਾਰ ਬਾਰੇ, ਉਹਨਾਂ ਦੀ ਵਰਕਿੰਗ ਬਾਰੇ ਭਲੀ ਭਾਂਤ ਜਾਣੂ ਹੈ। ਪੰਜਾਬ ਦੇ ਲੋਕ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉ। ਇਸ ਲਈ ਭੈਣ ਭਰਾਵਾਂ ਨੂੰ ਮੇਰੀ ਇੱਕੋ ਬੇਨਤੀ ਹੈ ਅੱਜ ਦੇ ਦਿਨ ਕਿ ਆਪਾਂ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ 3ਰੀ ਵਾਰ ਸਰਕਾਰ ਬਣਾਈਏ ਤਾਂ ਕਿ ਜਿਹੜੀਆਂ ਬਾਦਲ ਸਾਹਿਬ ਨੇ ਭਲਾਈ ਸਕੀਮਾਂ ਚਲਾਈਆਂ ਹੋਈਆਂ ਅਤੇ ਨਾਲ ਜਿਹੜੀ ਡਿਵੈਲਪਮੈਂਟ ਦੀ ਇੱਕ ਲੜੀ ਚੱਲ ਰਹੀ ਹੈ, ਝੜੀ ਲੱਗੀ ਹੋਈ ਹੈ, ਉਹਨੂੰ ਅਸੀਂ ਕੰਟੀਨਿਊ ਕਰ ਸਕੀਏ, ਜਾਰੀ ਰੱਖ ਸਕੀਏ। ਥੈਂਕ ਯੂ। ਸੋ ਇਹ ਸਨ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਨਿਰਮਲ ਸਿੰਘ ਜੀ। ਅਗਲੇ ਉਮੀਦਵਾਰ ਨਾਲ ਫਿਰ ਗੱਲ ਕਰਾਂਗੇ, ਉਦੋਂ ਤੱਕ ਧੰਨਵਾਦ।